ਹੈਲੋ ਦੋਸਤੋ, ਵੈਲਕਮ ਟੂ ਬਿੱਟਾ ਨੂਰਾ ਡਾਇਰੀਜ਼। ਮੈਂ ਤੁਹਾਡਾ ਦੋਸਤ ਹਰਵਿੰਦਰਜੀਤ ਬਿੱਟਾ ਇੱਕ ਨਿਊ ਵੀਡੀਓ ਲੈ ਕੇ ਆਇਆ, ਅਤੇ ਅੱਜ ਦੀ ਜੋ ਵੀਡੀਓ ਹੈ ਥੋੜ੍ਹੀ ਡਿਫਰੈਂਟ ਹੈ, ਇਨਫੋਰਮੇਟਿਵ ਵੀਡੀਓ ਹੈ, ਨੌਲੇਜ ਨਾਲ ਰਿਲੇਟਡ ਵੀਡੀਓ ਹੈ। ਅਤੇ ਅਕਸਰ ਮੈਂ ਵਲੋਗਸ ਪਾਉਣਾ ਰਹਿੰਦਾ, ਜੋ ਮੇਰੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੈ, ਜੋ ਮੈਨੂੰ ਨਹੀਂ ਜਾਣਦੇ, ਉਹਨਾਂ ਨੂੰ ਮੈਂ ਦੱਸ ਦਿੰਦਾ ਕਿ ਮੇਰਾ ਨਾਮ ਹਰਵਿੰਦਰਜੀਤ ਬਿੱਟਾ ਹੈ। ਮੈਂ ਅਮੈਰੀਕਾ ਨਿਊਯਾਰਕ ਦੇ ਵਿੱਚ ਰਹਿੰਦਾ। ਇੰਡੀਆ ਦੇ ਵਿੱਚ ਮੈਂ ਸ਼ਾਰਟ ਫਿਲਮਸ ਬਣਾਉਂਦਾ ਸੀ ਪੰਜਾਬੀ, ਅਤੇ ਇੱਥੇ ਆ ਕੇ ਹੁਣ ਮੈਂ ਵਲੋਗਸ ਬਣਾਉਣਾ, ਸੌਂਗ ਵੀਡੀਓਜ਼ ਸ਼ੂਟ ਕਰਦਾ, ਜਦੋਂ ਵੀ ਜੋ ਵੀ ਟਾਈਮ ਮਿਲਦਾ ਕਰਦਾ ਰਹਿੰਦਾ ਬਸ, ਕਿਉਂਕਿ ਮੈਨੂੰ ਵੀਡੀਓਜ਼ ਬਣਾਉਣਾ ਵਧੀਆ ਲੱਗਦਾ। ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ, ਵੀਡੀਓ ਸਟਾਰਟ ਕਰਦੇ ਹਾਂ। ਸੋ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਟੌਪ 5 ਕੰਟਰੀ ਸਟੱਡੀ ਲਈ ਜੋ ਬੈਸਟ ਹੈ। ਆਪਾਂ ਜਦੋਂ ਪਲੱਸ ਟੂ ਕਰਦੇ ਹਾਂ, ਬੱਚੇ ਨੇ ਜਦੋਂ ਪਲੱਸ ਟੂ ਕੀਤੀ ਹੁੰਦੀ ਹੈ, ਸਭ ਤੋਂ ਵੱਡੀ ਗੱਲ ਇਹੀ ਹੁੰਦੀ ਹੈ ਕਿ ਉਸ ਤੋਂ ਬਾਅਦ ਉਹਨੂੰ ਗ੍ਰੈਜੂਏਸ਼ਨ ਕਿਸ ਫੀਲਡ ਦੇ ਵਿੱਚ ਕਰਨੀ ਚਾਹੀਦੀ, ਕਿਹੜਾ ਕੋਰਸ ਉਹਨੂੰ ਚੂਜ਼ ਕਰਨਾ ਚਾਹੀਦਾ। ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਅਤੇ ਬਹੁਤ ਇੰਪੋਰਟੈਂਟ ਡਿਸੀਜ਼ਨ ਹੁੰਦਾ, ਬਹੁਤ ਸੋਚ ਕੇ ਲੈਣ ਵਾਲੀ ਗੱਲ ਹੁੰਦੀ ਹੈ। ਅਤੇ ਉਹਦੇ ਚੱਕਰ 'ਚ ਕਈ ਵਾਰੀ ਆਪਾਂ ਕਨਫਿਊਜ਼ ਵੀ ਹੋ ਜਾਂਦੇ ਹਾਂ, ਬਹੁਤ ਲੋਕਾਂ ਤੋਂ ਆਪਾਂ ਸਲਾਹ ਲੈਂਦੇ ਹਾਂ, ਕਾਫੀ ਵਾਰੀ ਆਪਾਂ ਨੂੰ ਹੈ ਜੋ ਚੰਗੀ ਸਲਾਹ ਨਹੀਂ ਮਿਲਦੀ ਗੀ। ਅਤੇ ਮੈਂ ਟਰਾਈ ਕਰਦਾ ਦੱਸਣ ਦੀ ਜਿੰਨੀ ਮੈਨੂੰ ਨੌਲੇਜ ਹੈ। ਅਤੇ ਮੈਂ ਇੱਕ ਗੱਲ ਦੱਸ ਦਿੰਦਾ, ਆਪਣਾ ਦਿਮਾਗ ਜ਼ਰੂਰ ਯੂਜ਼ ਕਰੋ, ਇਨਫੋਰਮੇਸ਼ਨ ਵੱਧ ਤੋਂ ਵੱਧ ਉਹਨੂੰ ਰਿਸਰਚ ਕਰੋ, ਇੰਟਰਨੈਟ 'ਤੇ ਉਹਨੂੰ ਸਰਚ ਕਰੋ, ਵੱਧ ਤੋਂ ਵੱਧ ਉਹਦੇ ਬਾਰੇ ਪਤਾ ਕਰੋ। ਕਿਸੇ ਵੀ ਇੱਕ ਯੂਟਿਊਬਰ ਦੇ ਕਹਿਣ 'ਤੇ ਜਾਂ ਇੱਕ ਕੰਸਲਟੈਂਟ ਦੇ ਕਹਿਣ 'ਤੇ ਆਪਦਾ ਡਿਸੀਜ਼ਨ ਫਾਈਨਲ ਨਾ ਕਰੋ, ਆਪਦਾ ਦਿਮਾਗ ਜ਼ਰੂਰ ਯੂਜ਼ ਕਰੋ। ਸੋ ਪਲੱਸ ਟੂ ਤੋਂ ਬਾਅਦ ਜੋ ਮੈਂ ਸਭ ਤੋਂ ਨੰਬਰ 1 ਟੌਪ 'ਤੇ ਕੰਟਰੀ ਰੱਖੀ ਹੈ, ਉਹ ਹੈਗੀ ਹੈ ਕੈਨੇਡਾ। ਕੈਨੇਡਾ ਨੂੰ ਟੌਪ 'ਤੇ ਰੱਖਣ ਦਾ ਇੱਕ ਕਾਰਨ ਹੈ, ਕਿਉਂਕਿ ਜੋ ਉੱਥੇ ਆਪਣੀ ਗ੍ਰੈਜੂਏਸ਼ਨ ਦੇ ਲਈ ਟਿਊਸ਼ਨ ਫੀਸ ਹੁੰਦੀ ਹੈ, ਟਿਊਸ਼ਨ ਫੀਸ ਆਪਾਂ ਕਹਿ ਦਿੰਦੇ ਹਾਂ ਕਿ ਜੋ ਆਪਣੇ ਕੋਰਸ ਦੀ ਫੀਸ ਹੁੰਦੀ ਹੈ ਉਹਨੂੰ ਬਾਹਰ ਟਿਊਸ਼ਨ ਫੀਸ ਕਹਿੰਦੇ ਆ, ਉਹ ਟਿਊਸ਼ਨ ਫੀਸ ਇੱਥੇ ਬਹੁਤ ਘੱਟ ਹੈ ਐਜ਼ ਕੰਪੇਅਰਡ ਟੂ ਅਦਰ ਕੰਟਰੀਜ਼। ਬਾਕੀ ਕੰਟਰੀਜ਼ ਦੀ ਵੀ ਆਪਾਂ ਗੱਲ ਕਰਾਂਗੇ, ਸਭ ਤੋਂ ਪਹਿਲਾਂ ਕੈਨੇਡਾ ਬਾਰੇ ਦੱਸ ਰਿਹਾ ਕਿ ਜੋ ਟਿਊਸ਼ਨ ਫੀਸ ਆ ਉਹ ਬਹੁਤ ਘੱਟ ਹੈ, ਫੀਸ ਇੰਨੀ ਨਹੀਂ ਲੱਗਦੀ ਗੀ। ਸੋ ਇੱਥੇ ਆਪਾਂ ਮੰਨ ਲਓ 3 ਸਾਲ ਦਾ ਕੋਰਸ ਕਰ ਰਹੇ ਹਾਂ, 4 ਸਾਲ ਦਾ ਕੋਰਸ ਕਰ ਰਹੇ ਹਾਂ, ਗ੍ਰੈਜੂਏਸ਼ਨ ਕਰ ਰਹੇ ਹਾਂ, ਮਤਲਬ ਬਹੁਤ ਈਜ਼ੀਲੀ ਆਪਾਂ ਦੇਖਿਆ ਵੀ ਹੋਊਗਾ ਕਿ ਜੋ ਕੈਨੇਡਾ ਜਾਂਦਾ ਉਹ ਇੱਕ ਵਾਰੀ ਜਾਂਦਾ ਜ਼ਰੂਰ ਹੈ ਪਰ ਸੈਟਲ ਹੋ ਕੇ ਹੀ ਮੁੜਦਾ ਉਹ। ਅਤੇ ਜੋ ਵਰਕ ਪਰਮਿਟ ਆਪਾਂ ਨੂੰ ਮਿਲਦਾ ਉਹ ਟਾਈਮ ਦੇ ਦੌਰਾਨ ਹੀ ਆਪਾਂ ਸਟੱਡੀ ਤੋਂ ਬਾਅਦ PR ਫਾਈਲ ਕਰ ਸਕਦੇ ਹਾਂ, ਪਰ ਕੈਨੇਡਾ ਦੇ ਵਿੱਚ PR ਫਾਈਲ ਕਰਨ ਦਾ ਜੋ ਸਿਸਟਮ ਹੈ ਨਾ ਉਹ ਥੋੜ੍ਹਾ ਡਿਫਰੈਂਟ ਹੈ। ਉਹਦੇ ਵਿੱਚ ਪੁਆਇੰਟ ਸਿਸਟਮ ਹੁੰਦਾ, ਆਪਾਂ ਨੂੰ ਪੁਆਇੰਟ ਇਕੱਠੇ ਕਰਨੇ ਪੈਂਦੇ ਆ ਅਤੇ ਉਹ ਪੁਆਇੰਟਸ ਦੇ ਬੇਸ 'ਤੇ ਹੀ ਆਪਣੀ PR ਹੈ ਜੋ ਉਹ 'ਤੇ ਨਿਰਭਰ ਹੁੰਦੀ ਹੈ। ਅਤੇ ਸਟੱਡੀ ਕਰਨ ਦੇ ਵਿੱਚ ਇੱਥੇ ਆਪਾਂ ਨੂੰ ਇਨ ਕੈਂਪਸ, ਆਪਾਂ ਇਹ ਨਹੀਂ ਆ ਕਿ ਬਾਕੀ ਕੰਟਰੀਜ਼ ਵਾਂਗੂ ਆਪਾਂ ਨੂੰ ਕੈਂਪਸ ਦੇ ਵਿੱਚ ਹੀ ਜੌਬ ਕਰਨੀ ਪੈਂਦੀ ਹੈ, ਆਪਾਂ ਕਿਤੇ ਵੀ ਜੌਬ ਕਰ ਸਕਦੇ ਹਾਂ, ਕੈਂਪਸ ਤੋਂ ਬਾਹਰ ਵੀ ਜੌਬ ਕਰ ਸਕਦੇ ਹਾਂ। ਕਈ ਕੰਟਰੀਜ਼ ਇਹੋ ਜਿਹੀਆਂ ਜਿੱਥੇ ਆਪਾਂ ਨੂੰ ਇਨ ਕੈਂਪਸ ਜੌਬ ਕਰਨੀ ਪੈਂਦੀ ਹੈ। ਅਤੇ ਕਈ ਲੋਕ ਕਹਿੰਦੇ ਆ ਕਿ ਹੁਣ ਕੈਨੇਡਾ ਦੇ ਵਿੱਚ ਕੰਮ ਨਹੀਂ ਹੈ, ਬਹੁਤ ਕੁਛ ਹੈ, ਰਿਸੈਸ਼ਨ ਚੱਲ ਰਿਹਾ, ਪਰ ਮੈਂ ਇੱਕ ਗੱਲ ਕਹਿ ਦਿੰਦਾ ਕਿ ਡੋਂਟ ਜੱਜ ਅ ਬੁੱਕ ਬਾਏ ਇਟਸ ਕਵਰ। ਹਮੇਸ਼ਾ ਆਪਦਾ ਦਿਮਾਗ ਜ਼ਰੂਰ ਯੂਜ਼ ਕਰੋ, ਕਿਸੇ ਇੱਕ ਬੰਦੇ ਦੇ ਕਹਿਣ 'ਤੇ ਨਾ ਜਾਓ। ਐਜ਼ ਕੰਪੇਅਰ ਟੂ ਅਦਰ ਕੰਟਰੀਜ਼ ਕੈਨੇਡਾ ਵਾਇਲੈਂਸ ਘੱਟ ਹੈ। ਇਹ ਨਾ ਸੋਚੋ ਕਿ ਬ੍ਰੈਂਪਟਨ ਟੋਰਾਂਟੋ ਦੇ ਵਿੱਚ ਕੀ ਹੋਈ ਜਾਂਦਾ, ਉੱਥੇ ਤਾਂ ਆਹ ਹੋ ਰਿਹਾ, ਵੀਡੀਓਜ਼ ਦੇਖਦੇ ਹਾਂ ਆਪਾਂ ਇੰਸਟਾਗ੍ਰਾਮ ਯੂਟਿਊਬ 'ਤੇ। ਕਿਸੇ ਵੀ ਇੱਕ ਸਟੇਟ ਨੂੰ ਲੈ ਕੇ, ਇੱਕ ਸਿਟੀ ਨੂੰ ਲੈ ਕੇ ਆਪਦਾ ਡਿਸੀਜ਼ਨ ਨਾ ਬਣਾਓ। ਹੋ ਸਕਦਾ ਟੋਰਾਂਟੋ ਦੇ ਵਿੱਚ ਹੋ ਰਿਹਾ ਹੋਵੇ, ਪਰ ਕੈਨੇਡਾ ਬਹੁਤ ਵੱਡਾ, ਬਹੁਤ ਯੂਨੀਵਰਸਿਟੀਜ਼ ਆ ਉੱਥੇ ਜਿੱਥੇ ਜਿੱਥੇ ਆਪਾਂ ਐਡਮਿਸ਼ਨ ਲੈ ਸਕਦੇ ਹਾਂ। ਦੇ ਵਿੱਚ ਗਨ ਵਾਇਲੈਂਸ ਵੀ ਘੱਟ ਹੈ। ਮੈਂ ਫੇਰ ਕਹਿ ਰਿਹਾ, ਇੱਕ ਸਟੇਟ ਨੂੰ ਨਾ ਧਿਆਨ ਦੇ ਵਿੱਚ ਲੈ ਕੇ ਆਇਓ। ਅਤੇ ਇੱਥੇ ਆਪਣੀ ਜੋ ਆਪਾਂ ਨੂੰ ਐਡਵਾਂਟੇਜ ਮਿਲਦੀ ਹੈ ਇਹ ਹੈ ਕਿ ਸਟੱਡੀ ਦੇ ਦੌਰਾਨ ਆਪਾਂ ਨੂੰ ਨਾ ਆਪਦੀ ਲੈਂਗੁਏਜ ਬੋਲਣ ਵਾਲੇ, ਆਪਣੀ ਕੰਟਰੀ ਤੋਂ ਜਿਸ ਤਰ੍ਹਾਂ ਇੰਡੀਆ ਤੋਂ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ ਰਲਦੇ ਮਿਲਦੇ ਸਟੂਡੈਂਟ ਮਿਲ ਜਾਂਦੇ ਆ।
ਤੇ ਫਿਰ ਸਟੱਡੀ ਕਰਨ ਦੇ ਵਿੱਚ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਗੀ, ਜਿੱਥੇ ਆਪਾਂ ਨੂੰ ਆਪਦੇ ਨਾਲ ਦੇ ਮਿਲਦੇ ਰਹਿੰਦੇ। ਹੁਣ ਬੱਚਾ ਕੰਫਰਟੇਬਲ ਫੀਲ ਕਰਦਾ, ਅਤੇ ਜਿਸ ਤਰ੍ਹਾਂ ਫਿਰ ਮੈਂ ਪਹਿਲਾਂ ਦੱਸਿਆ ਕਿ 1 ਸਾਲ ਦੇ ਵਿੱਚ ਵਿੱਚ ਆਪਾਂ ਉਹ ਸਟੱਡੀ ਤੋਂ ਬਾਅਦ ਆਪਾਂ ਉਹ PR ਫਾਈਲ ਕਰ ਸਕਦੇ ਹਾਂ, ਅਤੇ ਜੋਬ ਹੈ ਈਜ਼ੀਲੀ ਮਿਲ ਜਾਂਦੀ ਹੈ। ਅਤੇ ਜੇ ਤੁਸੀਂ ਸਟੈਮ ਫੀਲਡ ਨਾਲ ਰਿਲੇਟ ਕਰਦੇ ਹੋ, ਸਟੈਮ STEM ਮਤਲਬ ਕਿ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥ, ਜੇ ਤੁਸੀਂ ਇਹ ਫੀਲਡ ਨਾਲ ਰਿਲੇਟ ਕਰਦੇ ਹੋ ਤਾਂ ਤੁਹਾਨੂੰ ਜੋਬ ਮਿਲਣ ਦੇ ਵਿੱਚ ਕੋਈ ਪ੍ਰੋਬਲਮ ਆਊਗੀ ਨਹੀਂ। ਬਾਕੀ ਕੌਣ ਕੀ ਕਹਿੰਦਾ ਉਹਦੇ 'ਤੇ ਧਿਆਨ ਨਹੀਂ ਦੇਈਦਾ ਹੁੰਦਾ ਗਾ, ਜਿਹਨੇ ਕੁਛ ਕਰਨਾ ਹੈ ਉਹ ਕਿਤੇ ਵੀ ਕਰ ਲਊਗਾ, ਚਾਹੇ ਕੈਨੇਡਾ ਹੈ ਚਾਹੇ ਕੋਈ ਪਿੰਡ ਬੈਠਾ। ਅਤੇ ਸਾਇੰਸ ਐਂਡ ਟੈਕਨੋਲੋਜੀ ਨਾਲ ਇੰਜੀਨੀਅਰਿੰਗ ਨਾਲ ਮੈਥ ਨਾਲ ਤੁਹਾਡਾ ਜੇ ਸੰਬੰਧ ਹੈਗਾ ਤਾਂ ਤੁਹਾਨੂੰ ਜੋਬ ਮਿਲਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ। ਮੈਂ ਬਹੁਤ ਲੋਕਾਂ ਨੂੰ ਇਹੋ ਜਿਹਿਆਂ ਨੂੰ ਜਾਣਦਾ ਜਿਹੜੇ ਜੋਬ ਉੱਥੇ ਕਰ ਰਹੇ ਆ, ਉਹਨਾਂ 'ਤੇ ਕੋਈ ਰਿਸੈਸ਼ਨ ਦਾ ਕੋਈ ਫਰਕ ਨਹੀਂ ਹੈ। ਮਤਲਬ ਜੇ ਇੱਕ ਜੋਬ ਜਾਂਦੀ ਹੈ ਤਾਂ ਦੂਜੀ ਤਿਆਰ ਹੁੰਦੀ ਹੈ ਜੇ ਆਪਣੇ ਦੇ ਵਿੱਚ ਟੈਲੈਂਟ ਹੈਗਾ। ਉਹ ਹਾਰੇ ਹੋਏ ਲੋਕਾਂ ਦੀਆਂ ਗੱਲਾਂ ਹੁੰਦੀਆਂ ਕਿ ਰਿਸੈਸ਼ਨ ਚੱਲ ਰਿਹਾ, ਕੰਮ ਨਹੀਂ ਮਿਲਦਾ। ਜਿਹਨੇ ਕੁਛ ਕਰਨਾ ਉਹ ਕਰ ਹੀ ਦਿੰਦਾ ਹੁੰਦਾ, ਚਾਹੇ ਉਹ ਪਿੰਡ ਬੈਠਾ ਚਾਹੇ ਉਹ ਕੈਨੇਡਾ ਅਮਰੀਕਾ ਬੈਠਾ। ਅਤੇ ਫਿਰ ਉਸ ਤੋਂ ਬਾਅਦ ਇੱਥੇ ਜੋ ਪ੍ਰੋਬਲਮ ਇਹ ਆਉਂਦੀ ਹੈ ਕਿ ਆਪਾਂ ਇੰਡੀਆ ਤੋਂ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ ਗਏ ਹੁੰਦੇ, ਆਪਣੀ ਕੰਟਰੀਜ਼ ਦੇ ਵਿੱਚ ਨਾ ਵਿੰਟਰ ਇੰਨਾ ਤਕੜਾ ਨਹੀਂ ਹੁੰਦਾ ਗਾ, ਸਰਦੀ ਨਹੀਂ ਇੰਨੀ ਹੁੰਦੀ ਗੀ, ਅਤੇ ਉਹ ਚੀਜ਼ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਕਿ ਕੈਨੇਡਾ ਬਹੁਤ ਠੰਡਾ ਇਲਾਕਾ ਹੈ, ਠੰਡ ਕਰਕੇ ਆਪਾਂ ਨੂੰ ਜ਼ਰੂਰ ਪ੍ਰੋਬਲਮ ਹੋ ਸਕਦੀ ਹੈ। ਅਤੇ ਇਸੇ ਕਰਕੇ ਜੋ ਹੋਰ ਵੀ ਕੰਟਰੀਜ਼ ਹੈਗੀਆਂ ਜੇ ਆਪਾਂ ਠੰਡ ਤੋਂ ਬਚਣਾ ਤਾਂ। ਸੋ ਦੂਜੇ ਨੰਬਰ 'ਤੇ, ਸੈਕਿੰਡ ਪਲੇਸ 'ਤੇ ਜੋ ਮੈਂ ਕੰਟਰੀ ਰੱਖੀ ਹੈ ਉਹ ਹੈਗੀ ਹੈ ਯੂਨਾਈਟਿਡ ਸਟੇਟਸ ਆਫ ਅਮੈਰੀਕਾ, ਜਿੱਥੇ ਮੈਂ ਰਹਿੰਦਾ। ਸੋ ਇਹ ਦੇਸ਼ ਦਾ ਇੱਕ ਆਪਣਾ ਹੀ ਸਟਾਈਲ ਹੈ, ਇੱਥੋਂ ਦੀ ਦੁਨੀਆ ਦੇ ਵਿੱਚ ਅਲੱਗ ਵੈਲਿਊ ਹੈ। ਜੇ ਤੁਸੀਂ ਅਮੈਰੀਕਾ ਦੇ ਵਿੱਚ ਸਟੱਡੀ ਕੀਤੀ ਹੈ ਤਾਂ ਤੁਸੀਂ ਵਰਲਡ ਦੇ ਵਿੱਚ ਕਿਤੇ ਵੀ ਜਾਓਗੇ ਤਾਂ ਤੁਹਾਨੂੰ ਇਹ ਨਹੀਂ ਹੈ ਕਿ ਤੁਹਾਨੂੰ ਜੋਬ ਨਹੀਂ ਮਿਲੂਗੀ। ਇੰਡੀਆ ਚਲੇ ਜਾਓ ਵਾਪਸ, ਚਾਹੇ ਤੁਸੀਂ ਉਸ ਤੋਂ ਬਾਅਦ ਕੈਨੇਡਾ ਚਲੇ ਜਾਓ, ਆਸਟ੍ਰੇਲੀਆ ਚਲੇ ਜਾਓ, UK ਚਲੇ ਜਾਓ, ਨਿਊਜ਼ੀਲੈਂਡ ਚਲੇ ਜਾਓ, ਤੁਹਾਨੂੰ ਹਰ ਜਗ੍ਹਾ 'ਤੇ ਜਾ ਕੇ ਜੋਬ ਜ਼ਰੂਰ ਮਿਲੂਗੀ, ਕਿਉਂਕਿ ਜੋ ਤੁਸੀਂ ਡਿਗਰੀ ਕੀਤੀ ਹੈ ਉਹ ਤੁਸੀਂ ਅਮੈਰੀਕਾ ਤੋਂ ਕੀਤੀ ਹੋਊਗੀ। ਅਤੇ ਪਲੱਸ ਤੁਸੀਂ ਸਟੈਮ ਫੀਲਡ ਨਾਲ ਰਿਲੇਟ ਕਰਦੇ ਹੋ, ਇੰਜੀਨੀਅਰਿੰਗ ਦੇ ਨਾਲ, ਮੈਡੀਕਲ ਦੇ ਨਾਲ। ਅਤੇ ਇੱਥੇ ਟਿਊਸ਼ਨ ਫੀਸ ਹੈ ਜੋ ਕੈਨੇਡਾ ਦੀ ਤੁਲਨਾ ਦੇ ਵਿੱਚ ਜ਼ਰੂਰ ਜ਼ਿਆਦਾ ਹੈ। ਕੈਨੇਡਾ ਥੋੜ੍ਹਾ ਸਟੱਡੀ ਦੇ ਮਾਮਲੇ 'ਚ ਸਸਤਾ ਹੈ, ਅਮੈਰੀਕਾ ਦੇ ਵਿੱਚ ਤੁਹਾਡੀ ਟਿਊਸ਼ਨ ਫੀਸ ਜ਼ਰੂਰ ਜ਼ਿਆਦਾ ਹੋਊਗੀ। ਅਤੇ ਇੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਹੋਰ ਗੱਲ ਹੈ ਕਿ ਜਦੋਂ ਆਪਾਂ ਸਟੱਡੀ ਕਰ ਰਹੇ ਹਾਂ, ਸਟੱਡੀ ਦੇ ਦੌਰਾਨ ਆਪਾਂ ਸਿਰਫ 20 ਘੰਟੇ ਜੋਬ ਕਰ ਸਕਦੇ ਹਾਂ, ਅਤੇ ਉਹ ਵੀ ਸਿਰਫ ਇਨ ਕੈਂਪਸ ਜੋਬ ਕਰ ਸਕਦੇ ਹਾਂ, ਆਪਾਂ ਬਾਹਰ ਨਹੀਂ ਕਿਤੇ ਜੋਬ ਕਰ ਸਕਦੇ ਗੇ। ਅਤੇ ਜੋਬ ਕਰ ਸਕਦੇ ਹਾਂ ਜੋ ਤੁਹਾਡਾ ਕੋਰਸ ਚੱਲ ਰਿਹਾ, ਜੋ ਤੁਹਾਡੀ ਇੰਟਰਨਸ਼ਿਪ ਚੱਲ ਰਹੀ ਹੈ ਉਹਦੇ ਨਾਲ ਰਿਲੇਟਡ ਹੀ ਤੁਸੀਂ ਜੋਬ ਕਰ ਸਕਦੇ ਹੋ, ਕੋਈ ਹੋਰ ਜੋਬ ਨਹੀਂ ਤੁਸੀਂ ਕਰ ਸਕਦੇ ਗੇ। ਅਤੇ 20 ਘੰਟੇ ਦਾ ਹੀ ਤੁਹਾਨੂੰ ਟਾਈਮ ਹੁੰਦਾ, ਬਾਕੀ ਕਰਨ ਵਾਲੇ ਜੋ ਵੀ ਆ ਉਹ ਕੈਸ਼ 'ਤੇ ਜਾਂ ਕੁਛ, ਉਹ ਸਭ ਨੂੰ ਪਤਾ ਹੀ ਹੈ ਸਭ ਕੁਛ, ਅਤੇ ਇਹਦੇ ਬਾਰੇ ਆਪਾਂ ਗੱਲ ਨਹੀਂ ਕਰਾਂਗੇ। ਅਤੇ ਕਾਫੀ ਇੱਥੇ ਵਧੀਆ ਵਧੀਆ ਯੂਨੀਵਰਸਿਟੀਜ਼ ਹੈਗੀਆਂ, ਬੋਸਟਨ ਯੂਨੀਵਰਸਿਟੀ ਹੈ, ਅਤੇ ਜਿੱਥੇ ਹੁਣ ਮੈਂ ਰਹਿੰਦਾ ਨਿਊਯਾਰਕ ਯੂਨੀਵਰਸਿਟੀ ਹੈ। ਤੁਸੀਂ ਇੰਟਰਨੈਟ 'ਤੇ, ਅੱਜ ਕੱਲ੍ਹ ਤਾਂ ਕੋਈ ਇਹ ਨਹੀਂ ਗਾ ਕਿ ਕੁਛ ਪਤਾ ਨਹੀਂ ਲੱਗਦਾ ਗਾ, ਇੰਟਰਨੈਟ 'ਤੇ ਆਪਾਂ ਸਰਚ ਕਰ ਸਕਦੇ ਹਾਂ ਕਿਹੜੀ ਕਿਹੜੀ ਯੂਨੀਵਰਸਿਟੀ ਹੈ। ਯੂਟਿਊਬ 'ਤੇ ਕਾਫੀ ਵੀਡੀਓਜ਼ ਯੂਨੀਵਰਸਿਟੀਜ਼ ਦੀ ਦੇਖ ਸਕਦੇ ਹਾਂ, ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਆਪਾਂ ਚੈੱਕ ਕਰ ਸਕਦੇ ਹਾਂ। ਸੋ ਉਸ ਤੋਂ ਬਾਅਦ ਜੋ ਮੈਂ ਦੱਸਿਆ ਸੀਗਾ, ਇਸ ਤੋਂ ਬਾਅਦ ਆਪਾਂ ਨੂੰ ਸਟੱਡੀ ਕਰਨ ਤੋਂ ਬਾਅਦ 3 ਸਾਲ ਦਾ ਆਪਾਂ ਨੂੰ ਟਾਈਮ ਮਿਲਦਾ, OPT ਕਹਿ ਦਿੰਦੇ ਆ। OPT ਦੇ ਟਾਈਮ ਦੇ ਦੌਰਾਨ ਤੁਹਾਨੂੰ 3 ਸਾਲ ਦਾ ਟਾਈਮ ਮਿਲਦਾ ਕਿ ਤੁਸੀਂ ਜਿੰਨਾ ਪੈਸਾ ਤੁਸੀਂ ਆਪਦੀ ਸਟੱਡੀ 'ਤੇ ਲਾਇਆ ਉਹ ਤੁਸੀਂ ਪੂਰਾ ਕਰ ਸਕਦੇ ਹੋ, ਜਾਂ ਜੇ ਤੁਸੀਂ ਅੱਗੇ ਇੱਥੇ ਆਪਦਾ ਗ੍ਰੀਨ ਕਾਰਡ ਦਾ ਦੇਖਣਾ ਉਹ ਤੁਹਾਡੇ 'ਤੇ ਡਿਪੈਂਡ ਹੈ। ਤੁਹਾਡੇ 'ਚ ਜੇ ਦਮ ਹੈਗਾ, ਤੁਸੀਂ ਜਿਹੜੀ ਕੰਪਨੀ ਨਾਲ ਜੋਬ ਕਰਦੇ ਹੋ ਤੁਹਾਨੂੰ ਸਪੋਂਸਰ ਕਰਦੇ ਆ, ਤਾਂ ਇੱਥੇ ਤੁਹਾਨੂੰ ਗ੍ਰੀਨ ਕਾਰਡ ਵੀ ਈਜ਼ੀਲੀ ਮਿਲ ਸਕਦਾ। ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਹੁੰਦਾ, ਇੱਥੇ ਉਹ ਚੀਜ਼ PR ਨੂੰ ਗ੍ਰੀਨ ਕਾਰਡ ਕਹਿ ਦਿੰਦੇ ਆ, ਸੇਮ ਚੀਜ਼ ਹੈ।
ਤੇ ਉਹ 3 ਸਾਲ ਦਾ ਤੁਹਾਡੇ ਕੋਲ ਟਾਈਮ ਹੁੰਦਾ ਹੈ, ਉਹਦੇ ਦੌਰਾਨ ਤੁਸੀਂ ਜੋ ਕੋਰਸ 'ਤੇ ਆਪਦਾ ਖਰਚਾ ਕੀਤਾ ਉਹ ਵੀ ਪੂਰਾ ਕਰ ਸਕਦੇ ਹੋ। ਅਤੇ ਇੱਕ ਗੱਲ ਮੈਂ ਹੋਰ ਦੱਸਦਾ, ਚਾਹੇ ਕੋਈ ਵੀ ਕੰਟਰੀ, ਕੈਨੇਡਾ, ਆਸਟ੍ਰੇਲੀਆ, ਯੂਕੇ, ਅਮੈਰੀਕਾ, ਕੋਈ ਵੀ ਹੈ, ਅੱਜ ਦੇ ਟਾਈਮ 'ਚ ਜੋ ਆਪਣੀ ਸਟੱਡੀ ਹੈ ਨਾ, ਇੱਕ ਇਨਵੈਸਟਮੈਂਟ ਦੇ ਤੌਰ 'ਤੇ ਇਹਨੂੰ ਲੈ ਕੇ ਚੱਲੋ ਜ਼ਰੂਰ। ਤੁਸੀਂ ਤੁਸੀਂ ਜੋ ਸਟੱਡੀ 'ਤੇ ਪੈਸਾ ਇਨਵੈਸਟ ਕਰ ਰਹੇ ਹੋ, ਪਹਿਲਾਂ ਟਾਈਮ ਹੋਰ ਹੁੰਦੇ ਸੀਗੇ, ਗੱਲ ਉਦੋਂ ਹੋਰ ਕੁਛ ਹੁੰਦੀ ਸੀਗੀ, ਹੁਣ ਦੇ ਟਾਈਮ ਦੇ ਵਿੱਚ ਸਟੱਡੀ ਇੱਕ ਇਨਵੈਸਟਮੈਂਟ ਹੈ। ਜਿੰਨਾ ਪੈਸਾ ਤੁਸੀਂ ਸਟੱਡੀ 'ਤੇ ਇਨਵੈਸਟ ਕਰ ਰਹੇ ਹੋ ਨਾ, ਉਹ ਬਹੁਤ ਸੋਚ ਸਮਝ ਕੇ ਇਨਵੈਸਟ ਕਰਨਾ ਚਾਹੀਦਾ ਕਿ ਉਹ ਤੁਹਾਨੂੰ ਵਾਪਸ ਮਿਲ ਜਾਏ। ਇਹ ਨਾ ਹੋਵੇ ਤੁਸੀਂ 15-20-25 ਲੱਖ ਜੋ ਵੀ ਲਾਇਆ ਉਹ ਸਿਰਫ ਲਾ ਦਿਉ ਅਤੇ ਬਾਅਦ 'ਚ ਉਹ ਸਟੱਡੀ ਦਾ ਤੁਹਾਡੇ ਲਈ ਕੋਈ ਮਤਲਬ ਨਾ ਹੋਵੇ। ਬਿਨਾਂ ਸੋਚੇ ਸਮਝੇ ਕੋਈ ਵੀ ਸਟੱਡੀ ਜਾਂ ਕੋਰਸ ਨੂੰ ਚੂਜ਼ ਨਾ ਕਰੋ, ਸੋਚ ਸਮਝ ਕੇ ਬੜੀ ਉਹਦੀ ਤੁਸੀਂ ਰਿਸਰਚ ਕਰੋ ਪਹਿਲਾਂ। ਅਤੇ ਅਮੈਰੀਕਾ ਦੇ ਵਿੱਚ ਜੇ ਆਪਾਂ ਵਾਇਲੈਂਸ ਦੀ ਗੱਲ ਕਰੀਏ ਜਾਂ ਠੰਡ ਦੀ ਗੱਲ ਕਰੀਏ, ਉਹ ਏਰੀਏ ਏਰੀਏ 'ਤੇ ਡਿਪੈਂਡ ਹੈ। ਇੱਥੇ ਅਮੈਰੀਕਾ ਦੇ ਵਿੱਚ ਬਹੁਤ ਗਰਮ ਇਲਾਕੇ ਵੀ ਹੈਗੇ ਆ, ਫਲੋਰੀਡਾ ਸਾਈਡ 'ਤੇ ਚਲੇ ਜਾਈਏ ਤਾਂ ਉੱਥੇ ਗਰਮੀ ਹੁੰਦੀ ਹੈ। ਹੁਣ ਨਿਊਯਾਰਕ ਦੇ ਵਿੱਚ ਵੈਦਰ ਇਹ ਹੈ ਕਿ ਆਪਾਂ ਨਿਊਯਾਰਕ ਦੇ ਵੈਦਰ ਨੂੰ ਟਰੱਸਟ ਹੀ ਨਹੀਂ ਕਰ ਸਕਦੇ। ਸੁਬਾਹ ਸਰਦੀ, ਦੁਪਹਿਰੇ ਗਰਮੀ, ਰਾਤ ਨੂੰ ਫਿਰ ਸਰਦੀ, ਜਾਂ ਸੁਬਾਹ ਗਰਮੀ, ਦੁਪਹਿਰੇ ਸਰਦੀ, ਕੁਛ ਨਹੀਂ ਪਤਾ ਇੱਥੇ ਕਦੋਂ ਬਾਰਿਸ਼ ਹੋ ਜਾਣੀ ਹੈ, ਕਦੋਂ ਸਨੋਅ ਹੋ ਜਾਣੀ ਹੈ। ਸੋ ਥਰਡ ਕੰਟਰੀ ਜੋ ਮੈਂ ਦੱਸਣ ਜਾ ਰਿਹਾ ਉਹਦਾ ਨਾਮ ਹੈ ਯੂਕੇ, ਯੂਨਾਈਟਿਡ ਕਿੰਗਡਮ, ਇੰਗਲੈਂਡ। ਅਤੇ ਕੁਛ ਸਾਲ ਪਹਿਲਾਂ ਯੂਕੇ ਦੇ ਵਿੱਚ ਸਟੱਡੀ ਕਰਨ ਦਾ ਕੋਈ ਇੰਨਾ ਜ਼ਿਆਦਾ ਆਪਾਂ ਨੂੰ ਉਹਦਾ ਬੈਨੀਫਿਟ ਮਿਲਦਾ ਨਹੀਂ ਸੀ, ਪਰ ਹੁਣ ਟਾਈਮ ਚੇਂਜ ਹੋ ਚੁੱਕਿਆ। ਪਹਿਲਾਂ ਦਾ ਟਾਈਮ ਜੋ ਹੁੰਦਾ ਸੀ ਕਿ ਜੋ ਉੱਥੋਂ ਦੇ ਨਾਗਰਿਕ ਹੈ, ਉੱਥੋਂ ਦੇ ਸਿਟੀਜ਼ਨ ਹੈ, ਉਹਨਾਂ ਦੇ ਲਈ ਉਹਨਾਂ ਨੂੰ ਜ਼ਿਆਦਾ ਬੈਨੀਫਿਟ ਹੁੰਦੇ ਸੀ ਜੇ ਆਪਾਂ ਯੂਕੇ ਤੋਂ ਸਟੱਡੀ ਕੀਤੀ ਹੈ। ਪਰ ਹੁਣ ਇਹ ਨਹੀਂ ਹੈ ਸਿਸਟਮ, ਹੁਣ ਆਪਾਂ ਨੂੰ ਜੇ ਯੂਕੇ 'ਚੋਂ ਸਟੱਡੀ ਕੀਤੀ ਹੈ ਤਾਂ ਉਹਦੇ ਬਹੁਤ ਜ਼ਿਆਦਾ ਬੈਨੀਫਿਟਸ ਹੈ। ਅਤੇ ਟਿਊਸ਼ਨ ਫੀਸ, ਜਿਵੇਂ ਮੈਂ ਕੈਨੇਡਾ ਦੀ ਗੱਲ ਕੀਤੀ ਹੈ, ਯੂਕੇ ਦੇ ਵਿੱਚ ਵੀ ਟਿਊਸ਼ਨ ਫੀਸ ਆਪਣੀ ਬਹੁਤ ਥੋੜ੍ਹੀ ਹੈ ਅਮੈਰੀਕਾ ਦੀ ਤੁਲਨਾ ਦੇ ਵਿੱਚ। ਅਮੈਰੀਕਾ ਦੇ ਵਿੱਚ ਆਪਣੀ ਸਟੱਡੀ ਦਾ, ਕੋਰਸ ਦਾ ਖਰਚਾ ਜ਼ਿਆਦਾ ਹੈ, ਯੂਕੇ ਦੇ ਵਿੱਚ ਘੱਟ ਹੈ, ਕੈਨੇਡਾ ਵਾਂਗੂ ਹੈ। ਸੇਮ ਇੰਡੀਆ ਤੋਂ, ਪਾਕਿਸਤਾਨ ਤੋਂ ਬਹੁਤ ਜ਼ਿਆਦਾ ਉੱਥੇ ਸਟੂਡੈਂਟ ਯੂਕੇ ਦੇ ਵਿੱਚ ਅੱਜ ਦੇ ਟਾਈਮ ਵਿੱਚ ਸਟੱਡੀ ਕਰਨ ਜਾ ਰਹੇ ਹੈ। 2023 ਅਤੇ 2024 ਦੇ ਵਿੱਚ ਪਿਛਲੇ ਕੁਝ ਸਾਲਾਂ ਦੀ ਤੁਲਨਾ ਦੇ ਵਿੱਚ ਬਹੁਤ ਇੱਥੇ ਸਟੂਡੈਂਟ ਯੂਕੇ ਦੇ ਵਿੱਚ ਗਏ ਹੈ। ਅਤੇ ਜੋ ਕੰਮ ਹੈ ਆਪਾਂ ਨੂੰ ਸੇਮ ਅਮੈਰੀਕਾ ਦੇ ਵਾਂਗੂ ਹੀ ਹੈ, ਉੱਥੇ ਆਪਾਂ ਨੂੰ 20 ਘੰਟੇ ਕੰਮ ਕਰਨ ਦਾ ਜੀ 20 ਘੰਟੇ ਕੰਮ ਕਰਨ ਦੀ ਪਰਮਿਸ਼ਨ ਮਿਲਦੀ ਹੈ। ਅਤੇ ਆਪਾਂ ਬਾਹਰ ਜੋ ਹੈ ਕੈਸ਼ 'ਤੇ ਉਹੀ ਸੇਮ ਚੀਜ਼ ਕਰ ਸਕਦੇ ਹਾਂ। ਅਤੇ ਉਸ ਤੋਂ ਬਾਅਦ ਜੋ ਮੈਂ 4th ਅਤੇ 5th 'ਤੇ ਕੰਟਰੀਜ਼ ਰੱਖੀਆਂ, ਉਹ ਦੋਨਾਂ ਨੂੰ ਮੈਂ ਸੇਮ ਜਗ੍ਹਾ 'ਤੇ ਕਾਊਂਟ ਕਰਦਾ। ਪਰ ਜੋ ਬੈਸਟ ਵਰਲਡ ਦੇ ਵਿੱਚ ਸਟੱਡੀ ਦੀ, ਜੋ ਵਰਲਡ ਦੇ ਵਿੱਚ ਬੈਸਟ ਸਟੱਡੀ ਦੇ ਲਈ ਕੰਟਰੀ ਹੈ, ਬਾਕੀ ਸਭ ਚੀਜ਼ਾਂ ਛੱਡਦੀ ਹੈ, ਪੈਸੇ ਨੂੰ ਛੱਡਦੀ ਹੈ ਜਾਂ ਹੋਰ ਚੀਜ਼ਾਂ, ਤਾਂ ਉਸ ਕੰਟਰੀ ਦਾ ਨਾਮ ਹੈ ਜਰਮਨੀ। ਸੋ 4th ਅਤੇ 5th 'ਤੇ ਹੈ ਕੰਟਰੀ ਆਸਟ੍ਰੇਲੀਆ ਐਂਡ ਜਰਮਨੀ। ਸਿਰਫ ਜੇ ਤੁਸੀਂ ਸਟੱਡੀ ਕਰਨ ਦੇ ਲਈ ਜਾਣਾ, ਆਸਟ੍ਰੇਲੀਆ ਅਤੇ ਜਰਮਨੀ ਬੈਸਟ ਹੈ ਕੰਟਰੀਜ਼। ਉੱਥੋਂ ਦੀ ਕੀਤੀ ਹੋਈ ਸਟੱਡੀ ਆਪਾਂ ਨੂੰ ਬਹੁਤ ਜ਼ਿਆਦਾ ਯੂਜ਼ਫੁੱਲ ਹੈ, ਉਹਦੇ ਬਹੁਤ ਬੈਨੀਫਿਟ ਹੈ। ਅਤੇ ਬੱਚਾ ਵੀ ਕੰਟਰੋਲ 'ਚ ਰਹਿੰਦਾ, ਕਿਉਂਕਿ ਜਰਮਨੀ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਜੋ ਪੜ੍ਹਾਉਣ ਦਾ ਉਹਨਾਂ ਦਾ ਤਰੀਕਾ, ਐਜੂਕੇਸ਼ਨ ਜੋ ਸਿਸਟਮ ਹੈ, ਉਹ ਬਹੁਤ ਜ਼ਿਆਦਾ ਉੱਥੇ ਫੋਕਸ ਕਰਦੇ ਆ ਸਟੂਡੈਂਟ 'ਤੇ, ਐਜੂਕੇਸ਼ਨ ਸਿਸਟਮ 'ਤੇ ਬਹੁਤ ਫੋਕਸ ਕਰਦੇ ਆ, ਬਹੁਤ ਬਰੀਕੀ ਵਾਲੀਆਂ ਗੱਲਾਂ 'ਤੇ ਉਹ ਧਿਆਨ ਦਿੰਦੇ ਆ। ਬਾਕੀ ਕੰਟਰੀਆਂ ਦੇ ਵਿੱਚ ਕੁਝ ਚੀਜ਼ਾਂ ਨੂੰ ਇਗਨੋਰ ਕਰ ਸਕਦੇ ਆ, ਪਰ ਜਰਮਨੀ ਅਤੇ ਆਸਟ੍ਰੇਲੀਆ ਦੇ ਵਿੱਚ ਉਹ ਬਹੁਤ ਜ਼ਿਆਦਾ ਸੀਰੀਅਸ ਹੈ ਸਟੂਡੈਂਟ ਨੂੰ ਲੈ ਕੇ ਅਤੇ ਸਟੱਡੀ ਨੂੰ ਲੈ ਕੇ। ਸੋ ਇਹ 5 ਕੰਟਰੀਆਂ ਸੀ, ਪਹਿਲੇ 'ਤੇ ਕੈਨੇਡਾ, ਦੂਜੇ 'ਤੇ ਅਮੈਰੀਕਾ, ਤੀਜੇ 'ਤੇ ਯੂਕੇ ਇੰਗਲੈਂਡ, ਅਤੇ ਚੌਥੇ 'ਤੇ ਪੰਜਵੇਂ 'ਤੇ, ਇਹਨਾਂ ਨੂੰ ਸੇਮ ਮੈਂ ਕੈਟੇਗਰੀ ਦੇ ਵਿੱਚ ਮੰਨਦਾ, ਆਸਟ੍ਰੇਲੀਆ ਅਤੇ ਜਰਮਨੀ। ਅਤੇ ਇੱਕ ਗੱਲ ਮੈਂ ਹੋਰ ਦੱਸਦਾ, ਪਲੱਸ ਟੂ ਕਰਨ ਤੋਂ ਬਾਅਦ ਨਾ ਆਪਣੇ ਮੇਨ ਜੋ ਆਪਣਾ ਫੋਕਸ ਹੁੰਦਾ ਜਾਂ ਆਪਾਂ ਨੂੰ ਟੈਨਸ਼ਨ ਹੁੰਦੀ ਹੈ, ਇਹੀ ਹੁੰਦੀ ਹੈ ਕਿ ਆਪਾਂ ਕੋਰਸ ਕੀ ਸਿਲੈਕਟ ਕਰਨਾ।
ਤੇ ਇਹ ਸਭ ਤੋਂ ਇੰਪੋਰਟੈਂਟ ਡਿਸੀਜਨ ਹੁੰਦਾ। ਇਹ ਚੂਜ਼ ਕਰਨ ਦੇ ਲਈ ਆਪਾਂ ਬਹੁਤ ਲੋਕਾਂ ਦੀ ਸਲਾਹ ਲੈਂਦੇ ਹਾਂ, ਮਿਸਗਾਈਡ ਵੀ ਹੋ ਜਾਂਦੇ ਹਾਂ ਕਿਉਂਕਿ ਪ੍ਰੋਪਰ ਗਾਈਡੈਂਸ ਮਿਲਦੀ ਨਹੀਂ ਗੀ, ਨਾ ਹੀ ਕੋਈ ਪ੍ਰੋਪਰ ਆਪਾਂ ਨੂੰ ਸਲਾਹ ਦਿੰਦਾ, ਕਿਉਂਕਿ ਕਿਸੇ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ ਗਾ। ਪਰ ਟਾਈਮ ਚੇਂਜ ਹੋ ਚੁੱਕਿਆ, 2024 ਚੱਲਦਾ ਹੈ। ਅੱਜ ਦੇ ਟਾਈਮ ਦੇ ਵਿੱਚ ਆਪਾਂ ਨੂੰ ਇੰਟਰਨੈਟ ਤੋਂ ਹਰ ਚੀਜ਼ ਦੀ ਨੌਲੇਜ ਮਿਲ ਸਕਦੀ ਹੈ ਜੇ ਆਪਾਂ ਉਹਨੂੰ ਰਿਸਰਚ ਕਰੀਏ, ਉਹਦੇ ਬਾਰੇ ਸਟੱਡੀ ਕਰੀਏ। ਕੋਈ ਵੀ ਚੀਜ਼ ਸਟਾਰਟ ਕਰਨ ਤੋਂ ਪਹਿਲਾਂ ਨਾ ਆਪਾਂ ਨੂੰ ਉਹਦੇ ਬਾਰੇ ਰਿਸਰਚ ਕਰਨਾ ਬਹੁਤ ਜ਼ਰੂਰੀ ਹੁੰਦਾ। ਚਾਹੇ ਈਵਨ ਆਪਾਂ ਬਠਿੰਡੇ ਤੋਂ ਚੰਡੀਗੜ੍ਹ ਹੀ ਜਾਣਾ, ਪਹਿਲੀ ਵਾਰੀ ਜਾਣਾ ਜਿਹਨੇ, ਉਹਦਾ ਰੂਟ ਦੇਖੂਗਾ ਇੰਟਰਨੈਟ 'ਤੇ ਕਿ ਕਿੰਨਾ ਟਾਈਮ ਲੱਗਦਾ, ਕਿੰਨੇ ਕਿਲੋਮੀਟਰ ਹੈ, ਜੇ ਗੱਡੀ 'ਤੇ ਜਾਣਾ ਮੇਰਾ ਕਿੰਨੇ ਦਾ ਤੇਲ ਲੱਗ ਜੂਗਾ, ਕਿੰਨਾ ਮੈਂ ਖਰਚਾ ਲੈ ਕੇ ਜਾਣਾ। ਜਸਟ ਇੱਕ ਐਗਜ਼ਾਮਪਲ ਦੇ ਰਿਹਾ। ਉਵੇਂ ਇਹ ਤਾਂ ਬਹੁਤ ਵੱਡਾ ਡਿਸੀਜ਼ਨ ਹੈ ਕਿ ਆਪਾਂ ਆਪਦੀ ਹੋਮ ਕੰਟਰੀ ਤੋਂ ਬਹੁਤ ਦੂਰ, ਹਜ਼ਾਰਾਂ ਕਿਲੋਮੀਟਰ ਦੂਰ ਆਪਾਂ ਕਿਤੇ ਸਟੱਡੀ ਕਰਨ ਦੇ ਲਈ ਜਾਣਾ, ਬੱਚੇ ਨੂੰ ਭੇਜਣਾ, ਬਹੁਤ ਵੱਡੀ ਰਿਸਪੋਂਸੀਬਿਲਿਟੀ ਹੁੰਦੀ ਹੈ। ਕਈ ਵਾਰੀ ਤਾਂ ਜਿਹੜਾ ਬੱਚਾ ਉਹ ਆਪਦੀ ਸਿਟੀ ਤੋਂ ਬਾਹਰ ਹੀ ਨਹੀਂ ਪ੍ਰੋਪਰਲੀ ਗਿਆ ਹੁੰਦਾ ਗਾ। ਸੋ ਇਹ ਬਹੁਤ ਇੱਕ ਰਿਸਪੋਂਸੀਬਿਲਿਟੀ ਵਾਲੀ ਗੱਲ ਹੈ, ਇਸ 'ਤੇ ਬਹੁਤ ਜ਼ਿਆਦਾ ਆਪਾਂ ਨੂੰ ਫੋਕਸ ਕਰਨ ਦੀ ਲੋੜ ਹੈ, ਰਿਸਰਚ ਕਰਨ ਦੀ ਲੋੜ ਹੈ। ਸੋ ਮੇਰੇ ਕਹਿਣ 'ਤੇ ਵੀ ਨਾ ਜਾਇਓ ਕਿ ਮੈਂ ਇਹ ਜੋ ਇਨਫੋਰਮੇਸ਼ਨ ਦੇ ਰਿਹਾ, ਕਿਉਂਕਿ ਮੈਂ ਜਿੰਨੀ ਇਨਫੋਰਮੇਸ਼ਨ ਦੇ ਰਿਹਾ ਨਾ, ਜਿੰਨੀ ਮੈਨੂੰ ਨੌਲੇਜ ਆ ਜਾਂ ਜਿੰਨੀ ਮੈਂ ਰਿਸਰਚ ਕੀਤੀ ਹੈ, ਜੋ ਮੇਰਾ ਐਕਸਪੀਰੀਅੰਸ ਹੈ, ਮੈਂ ਉਨਾ ਹੀ ਦੱਸ ਸਕਦਾ। ਜਸਟ ਇੱਕ ਨੌਲੇਜ ਦੇ ਰਿਹਾ ਮੈਂ ਕੋਈ ਕੰਸਲਟੈਂਟ ਨਹੀਂ ਹਾਂ। ਇਹ ਨਹੀਂ ਹੈ ਕਿ ਕੋਈ ਇਹ ਮੈਂ ਲੀਗਲ ਤੁਹਾਨੂੰ ਸਲਾਹ ਦੇ ਰਿਹਾ। ਜਸਟ ਇੱਕ ਇਨਫੋਰਮੇਸ਼ਨ ਹੈ, ਇੱਕ ਨੌਲੇਜ ਹੈ ਕਿ ਸ਼ਾਇਦ ਕਿਸੇ ਦੇ ਕੰਮ ਆ ਸਕੇ। ਜਿਵੇਂ ਪਿੰਡਾਂ ਦੇ ਵਿੱਚ ਹੁੰਦੇ ਆ ਆਪਣੇ ਬਹੁਤ ਵੀਰ ਭਰਾ ਹੈ, ਆਪਣੀਆਂ ਭੈਣਾਂ ਹੈ, ਜਿਨ੍ਹਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੁੰਦੀ ਆ, ਉਹ ਜਗ੍ਹਾ ਜਗ੍ਹਾ ਤੋਂ ਪੁੱਛਦੇ ਆ ਲੋਕਾਂ ਤੋਂ ਕਿ ਕੋਈ ਬਾਹਰ ਰਹਿੰਦਾ ਸਾਨੂੰ ਵੀਰ ਜੀ ਆਹ ਦੱਸ ਦਿਓ, ਐਂ ਦੱਸ ਦਿਓ ਕਿਵੇਂ ਕਰੀਏ। ਤਾਂ ਇਹ ਜਸਟ ਵੀਡੀਓ ਉਹਨਾਂ ਦੇ ਲਈ ਹੈ ਜਿਹੜੇ ਜਗ੍ਹਾ ਜਗ੍ਹਾ ਜਾਂ ਹਰ ਕਿਸੇ ਤੋਂ ਇਨਫੋਰਮੇਸ਼ਨ ਪੁੱਛਦੇ ਆ, ਉਹ ਸ਼ਾਇਦ ਉਹਨਾਂ ਦੇ ਇਹ ਇਨਫੋਰਮੇਸ਼ਨ ਕੰਮ ਆ ਜਾਏ। ਅਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਜ਼ਰੂਰ, ਸ਼ੇਅਰ ਕਰਿਓ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ, ਜਾਂ ਮੈਨੂੰ ਇੱਕ ਗੱਲ ਜ਼ਰੂਰ ਦੱਸਿਓ ਕਿ ਅੱਜ ਦੇ ਟਾਈਮ 'ਚ ਸਟੱਡੀ ਦੇ ਲਈ ਤੁਹਾਡੇ ਅਕੋਰਡਿੰਗ ਕਿਹੜੀ ਕੰਟਰੀਜ਼ ਵਧੀਆ, ਯੂਰੋਪੀਅਨ ਕੰਟਰੀਜ਼ ਜਾਂ ਫਿਰ ਅਮੈਰੀਕਾ, ਕੈਨੇਡਾ, ਤੁਹਾਡੇ ਅਕੋਰਡਿੰਗ ਕਿਹੜੀ ਕੰਟਰੀ ਸਟੱਡੀ ਦੇ ਲਈ ਵਧੀਆ ਹੋ ਸਕਦੀ ਹੈ। ਸੋ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਕਿ ਕਿਸੇ ਦੇ ਕਹਿਣ 'ਤੇ ਨਾ ਜਾਓ, ਸੁਪਨੇ ਜ਼ਰੂਰ ਦੇਖੋ। ਕਹਿੰਦੇ ਆ ਨਾ ਕਿ ਸੁਪਨੇ ਦੇਖਦਾ ਰਹਿੰਦਾ, ਸੁਪਨੇ ਦੇਖੋਗੇ ਨਹੀਂ ਤਾਂ ਉਹ ਪੂਰੇ ਕਿਵੇਂ ਹੋਣਗੇ। ਇਸ ਕਰਕੇ ਸੁਪਨੇ ਜ਼ਰੂਰ ਦੇਖੋ, ਲੈਟ ਯੋਰ ਡ੍ਰੀਮਸ ਫਲਾਈ। ਰੱਬ ਰਾਖਾ।